ਲੱਗਦਾ ਹੈ ਕਹਿੰਦੇ ਆ ਕਿ ਮਤਲਬ ਅਟੈਕ ਵਗੈਰਾ ਆ ਗਿਆ ਦੇਖ ਲਓ ਸਾਨੂੰ ਪੂਰੀ ਨੀਲੀ ਪਈ ਹੈ ਬੋਡੀ ਤੇ ਕੋਈ ਵੀ ਸੁਣਵਾਈ ਵਗੈਰਾ ਨਹੀਂ ਚਾਚਾ ਡੋਜ਼ ਵਗੈਰਾ ਤਾਂ ਨਹੀਂ ਲਈ ਸੀ ਕਿ ਜਿਸ ਤਰ੍ਹਾਂ ਦਾ ਕੁਝ ਨਹੀਂ ਮੇਲਾ ਲੱਗਾ ਹੋਇਆ ਹਾਂਜੀ ਹਾਂਜੀ ਝੂਲੇ ਤੇ ਅਸੀਂ ਬੈਠੇ ਜਾ ਰਹੇ ਹਾਂ ਹਾਂਜੀ ਸੀਗਾ ਤੇ ਮੇਰੇ ਦੋ ਫਰੈਂਡ ਹੋਰ ਸੀਗੇ ਤੇ ਮੇਰੇ ਨਾਲ ਜਿਹਦੀ ਡੈਥ ਹੋਈ ਆ ਉਹ ਨਾਲ ਬੈਠਾ ਸੀਗਾ ਤੇ ਮਤਲਬ ਉਹਨੇ ਦੋ ਹੱਥ ਪਾਏ ਹੋਏ ਸੀਗੇ ਦੋ ਚੀਜ਼ਾਂ ਨੂੰ ਉਹਦਾ ਗ੍ਰਿਪ ਮੈਂ ਛਡਾ ਲਿਆ ਆਪਣਾ ਹੱਥ ਤੇ ਉਹਨੂੰ ਕਰੰਟ ਲੱਗਿਆ ਜ਼ਿਆਦਾ ਉਹਨੇ ਛੱਡਿਆ ਨਹੀਂ ਗ੍ਰਿਪ ਛੱਡਿਆ ਨਹੀਂਗਾ ਤੇ ਆਪਣੇ ਦੋ ਸੀਗੇ ਇੱਕ ਇਹਨੂੰ ਲੱਗਿਆ ਤੇ ਇੱਕ ਮੈਨੂੰ ਬਾਂਹ ਤੇ ਤੇ ਬਾਕੀ ਜਿਹੜੇ ਦੋ ਉਹ ਬੈਠੇ ਸੀਗੇ ਪਿੱਛੇ ਵਿੱਚ ਬੈਠੇ ਸੀਗੇ ਉਹਨਾਂ ਨੂੰ ਦੋ ਉਹਨਾਂ ਨੂੰ ਵੀ ਲੱਗਿਆ ਕਰੰਟ ਕਿੱਥੇ ਰਹਿਣ ਵਾਲੇ ਹਾਦਸਾ ਹੋਇਆ ਰਾਤੀ ਕਿੱਥੇ ਗਏ ਸੀਗੇ ਔਰ ਕਿੱਥੇ ਜਿਹੜਾ ਹਾਦਸਾ ਹੋਇਆ ਕਿਹੜੀ ਜਗ੍ਹਾ ਤੇ ਹਾਦਸਾ ਹੋਇਆ ਵਰਤਮਾਨ ਦੁਸ਼ਹਿਰੇ ਤੇ ਨਾ ਮੇਲਾ ਲੱਗਾ ਹੋਇਆ ਹਾਂਜੀ ਹਾਂਜੀ ਝੂਲੇ ਤੇ ਅਸੀਂ ਬੈਠੇ ਜਾ ਰਹੇ ਹਾਂ ਸੀਗਾ ਤੇ ਮੇਰੇ ਦੋ ਫਰੈਂਡ ਹੋਰ ਸੀਗੇ ਤੇ ਮੇਰੇ ਨਾਲ ਜਿਹਦੀ ਡੈਥ ਹੋਈ ਆ ਉਹ ਨਾਲ ਬੈਠਾ ਸੀਗਾ ਤੇ ਮਤਲਬ ਉਹਨੇ ਦੋ ਹੱਥ ਪਾਏ ਹੋਏ ਸੀਗੇ ਦੋ ਚੀਜ਼ਾਂ ਨੂੰ ਉਹਦਾ ਮੈਂ ਛਡਾ ਲਿਆ ਆਪਣਾ ਹੱਥ ਤੇ ਉਹਨੂੰ ਕਰੰਟ ਲੱਗਿਆ ਜ਼ਿਆਦਾ ਉਹਨੇ ਛੱਡਿਆ ਨਹੀਂ ਗ੍ਰਿਪ ਛੱਡਿਆ ਨਹੀਂਗਾ ਤੇ ਆਪਣੇ ਦੋ ਸੀਗੇ ਇੱਕ ਇਹਨੂੰ ਲੱਗਿਆ ਤੇ ਇੱਕ ਮੈਨੂੰ ਬਾਂਹ ਤੇ ਤੇ ਬਾਕੀ ਜਿਹੜੇ ਦੋ ਬੈਠੇ ਸੀਗੇ ਪਿੱਛੇ ਵਿੱਚ ਬੈਠੇ ਸੀਗੇ ਉਹਨਾਂ ਨੂੰ ਵੀ ਲੱਗਿਆ ਕਰੰਟ ਇਹ ਝੂਲੇ ਦੇ ਵਿੱਚ ਚੱਲਦੇ ਝੂਲੇ 'ਚ ਲੱਗਿਆ ਝੂਲੇ 'ਚ ਹੋਇਆ ਜੀ ਤੇ ਤੁਸੀਂ ਉਸਲੇ ਰੋਲਾ ਰੋਲਾ ਪਾ ਕੇ ਉਹਨਾਂ ਨੂੰ ਮਤਲਬ ਕਰਤਾ ਫਿਰ ਜਾਨਕਿ ਉਹਨਾਂ ਨੇ ਬੰਦ ਕਰਕੇ ਫਿਰ ਉਹ ਵੀ ਜਿਹੜੇ ਜਿਨ੍ਹਾਂ ਨੇ ਬੰਦ ਕਰਕੇ ਨਾਲ ਹੀ ਉਹ ਨਿਕਲ ਗਏ ਤੇ ਜਿਹੜੀਆਂ ਤਾਰਾਂ ਕੁਝ ਨੰਗੀਆਂ ਸੀਗੀਆਂ ਜਾਂ ਕਿੱਥੋਂ ਮਤਲਬ ਇਹ ਪਤਾ ਲੱਗਿਆ ਵੀ ਸਰ ਉਹ ਕਹਿ ਰਿਹਾ ਸੀਗਾ ਕਿ ਮਤਲਬ ਕਰੰਟ ਆ ਰਿਹਾ ਵਾ ਥੋੜਾ ਥੋੜਾ ਵੀ ਮਤਲਬ ਕਰੰਟ ਲੱਗ ਰਿਹਾ ਸੀਗਾ ਉਹਨੇ ਮੈਨੂੰ ਕਿਹਾ ਤਾਂ ਤੇ ਜ਼ਿਆਦਾ ਲੱਗਿਆ ਇੱਕਦਮ ਕਰੰਟ ਲੱਗ ਗਿਆ ਫਿਰ ਮਤਲਬ ਨਾਲ ਹੀ ਉਹ ਗਿਰ ਕੇ ਬੇਹੋਸ਼ ਹੋ ਗਿਆ ਤੇ ਮੌਕੇ ਤੇ 10-11 ਦੇ ਵਿੱਚ 11 ਵਜੇ ਦੀ ਗੱਲ ਤੇ ਮੌਕੇ ਤੇ ਮੇਲਾ ਪ੍ਰਬੰਧਕ ਪਹੁੰਚੇ ਸੀਗੇ ਜਿੱਦਾਂ ਐਡੀ ਵੱਡੀ ਝੂਲੇ ਛੱਡ ਕੇ ਆਪਣੇ ਚਲੇ ਗਏ ਸੀ ਸਾਰੇ ਭੱਜ ਗਏ ਸੀ ਦੋਨੇ ਭੱਜ ਗਏ ਤੇ ਇਸ ਤੋਂ ਬਾਅਦ ਤੁਸੀਂ ਮਿਲਣ ਦੀ ਕੋਸ਼ਿਸ਼ ਕੀਤੀ ਹੈ ਮੇਲਾ ਪ੍ਰਬੰਧਕ ਔਰ ਤੁਸੀਂ ਜਿਹੜਾ ਤੁਹਾਡੇ ਨਾਲ ਤੁਹਾਡਾ ਦੋਸਤ ਸੀਗਾ ਕਿੱਦਾਂ ਲੈ ਕੇ ਗਏ ਉਹਨੂੰ ਸਿਵਲ ਦੇ ਵਿੱਚ ਸਰ ਉਹ ਤਾਂ ਅਨਨੋਨ ਬੰਦਾ ਸੀਗਾ ਆਪਣੇ ਕਾਰ 'ਚ ਲੈ ਕੇ ਗਏ ਸੀਗੇ ਨਾਲ ਹੀ ਇਕਾਈ ਹਸਪੀਟਲ 'ਚ ਤੇ ਇੱਥੇ ਲੈ ਕੇ ਚਲੇ ਗਏ ਉੱਥੇ ਮਤਲਬ ਡੈਥ ਹੋ ਗਈ ਸੀਗੀ ਕੀ ਨਾਂ ਸੀ ਉਹਨਾਂ ਦਾ ਕੀ ਉਮਰ ਇੱਕੀ ਬਾਈ ਸਾਲ ਇੱਕੀ ਬਾਈ ਸਾਲ ਦੀ ਕੀ ਕੰਮ ਕਰਦੇ ਉਹਨਾਂ ਦਾ ਆਪਣਾ ਹੀ ਸੀਗਾ ਪੰਜ ਦਾ ਕੰਮ ਹੁਣ ਸਾਰੇ ਜਿਹੜੇ ਇਸ ਵੇਲੇ ਪਿੰਡ ਵਾਸੀ ਸਾਰੇ ਇਕੱਠੇ ਹੋ ਕੇ ਆਏ ਨੇ ਸਾਰੇ ਆਏ ਆ ਕੀ ਕੰਪਲੇਂਟ ਦਰਜ ਕਰਨ ਕਰ ਲਿਆ ਸਰ ਚਾਹੁੰਦੇ ਆ ਕਿ ਮਾਲਕ ਦੇ ਅਰੈਸਟ ਪਾਈ ਜਾਵੇ ਪਰ ਜਿਹੜਾ ਆਰੋਪ ਮੇਲੇ ਵਾਲੇ ਆ ਕਹਿੰਦੇ ਆ ਵੀ ਬੱਚਿਆਂ ਨੇ ਜਿਹੜਾ ਕਹਿੰਦੇ ਡੋਜ਼ ਲਈ ਸੀਗੀ ਕੋਈ ਨਸ਼ਾ ਲਿੱਤਾ ਸੀਗਾ ਇਸ ਤਰ੍ਹਾਂ ਦਾ ਕੋਈ ਮਾਮਲਾ ਸਰ ਇਦਾਂ ਦਾ ਕੁਝ ਹੈ ਉਲਟਾ ਇਲਜ਼ਾਮ ਲਗਾ ਰਿਹਾ ਉਲਟਾ ਇਲਜ਼ਾਮ ਲਗਾ ਰਿਹਾ ਸਰ ਦਬਾਅ ਪੈ ਰਿਹਾ ਉਹਨਾਂ ਵਾਸਤੇ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਇਸ ਤਰ੍ਹਾਂ ਕਰੰਟ ਜਿਹੜੇ ਨਾਲ ਇੱਕ ਮੌਤ ਹੋ ਗਈ ਆ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਬਸ ਕਾਰਵਾਈ ਇਹਨਾਂ ਤੇ ਅਰੈਸਟ ਕੀਤਾ ਜਾਵੇ ਮਾਲਕ ਨੂੰ ਜੋ ਵੀ ਇਹਨਾਂ ਦੇ ਹੈਗੇ ਆ ਉੱਥੇ ਜਾ ਨਹੀਂ ਰਹੇ ਪਤਾ ਨਹੀਂ ਕਿਉਂ ਟੋਟਲ ਕਿੰਨੇ ਬੰਦਿਆਂ ਨੂੰ ਕਰੰਟ ਪਿਆ ਸੀ ਤਿੰਨ ਬੰਦਿਆਂ ਨੂੰ 6 ਬੰਦੇ ਆਪਣੇ ਹੈਗੇ 4 ਤਾਂ ਆਪਣੇ ਸੀਗੇ 2 ਆਪਣੇ ਨਾਲ ਹਸਪੀਟਲ 'ਚ ਗਏ ਸੀ ਉਹਨਾਂ ਨੂੰ ਵੀ ਕਰੰਟ ਲੱਗਿਆ ਮਤਲਬ ਉਹਨਾਂ ਵਿੱਚ ਸੀਗੇ ਉਹਨਾਂ ਨੇ ਕਿਤੇ ਫੜਿਆ ਨਹੀਂ ਸੀਗਾ ਇਸ ਕਰਕੇ ਉਹਨਾਂ ਨੂੰ ਕਰੰਟ ਦਾ ਮਤਲਬ ਜ਼ਿਆਦਾ ਨਹੀਂ ਹੋਇਆ ਟੱਚਿੰਗ ਹੀ ਹੋਈ ਆ ਤੁਸੀਂ ਕੋਈ ਮੈਡੀਕਲ ਵਗੈਰਾ ਤਾਂ ਨਹੀਂ ਕਰਾਇਆ ਸੀਗਾ ਜਦੋਂ ਕਰੰਟ ਲੱਗਣ ਤੋਂ ਬਾਅਦ ਨਹੀਂ ਨਹੀਂ ਸਰ ਠੀਕ ਉਹਨਾਂ ਜਿਹੜਾ ਕਰੰਟ ਲੱਗਿਆ ਕਿਹੜੇ ਪੈਰ 'ਚ ਲੱਗਿਆ ਸੀਗਾ ਜਾਂ ਮਤਲਬ ਕਿੱਥੋਂ ਜਾਂ ਸਰੀਰ ਤੇ ਕਿਤੇ ਹੱਥ 'ਚ ਲੱਗਿਆ ਸੀ ਹੱਥ ਦੇ ਨਿਸ਼ਾਨ ਸ਼ਾਇਦ ਹੈਗਾ ਮੈਨੂੰ ਦੱਸ ਰਿਹਾ ਨਿਸ਼ਾਨ ਆ ਬੰਦਾ ਫੜਿਆ ਸੀ ਉਹਨੇ ਮਤਲਬ ਛੱਡਿਆ ਨਹੀਂ ਉਹਨੂੰ ਐਂ ਸੀਗਾ ਕਿ ਮੈਂ ਡਿੱਗਰਨਾ ਜਾਂ ਮੈਂ ਨਿਸ਼ਾਨ ਹੈਗਾ ਮੌਕੇ ਤੇ ਸਰ ਨਿਸ਼ਾਨ ਹੈਗਾ ਥੋੜਾ ਜਿਹਾ ਕੀ ਨਾਮ ਆ ਤੁਹਾਡਾ ਮੇਰਾ ਨਾਮ ਗੁਰਜਾਨ ਕਿੱਥੇ ਦੇ ਰਹਿਣ ਵਾਲੇ ਹੋ ਨਾਮ ਗੁਰਜਾਨ ਡੈਥ ਹੋਈ ਆ ਰਾਤੀ ਕਿੰਨੇ ਕ ਉਮਰ ਸੀਗੀ ਜਿਹੜੇ ਨੌਜਵਾਨ ਦੀ ਔਰ ਕਿਸ ਤਰ੍ਹਾਂ ਡੈਥ ਹੋਈ ਹੈ ਮੇਰੇ ਭੂਆ ਜੀ ਦਾ ਬੇਟਾ ਸੀਗਾ ਜੀ ਉਹ 22 ਸਾਲ ਦੀ ਉਮਰ ਸੀਗੀ ਉਹਨਾਂ ਦੀ ਕੀ ਕੰਮ ਕਰਦੇ ਜੀ ਮੈਂ ਹਾਲੇ ਤਾਂ ਪੜ੍ਹਦਾ ਹੀ ਸੀ ਤੇ ਜਿਹੜੀ ਡੈਥ ਹੋਈ ਆ ਰਾਤੀ ਝੂਟੇ ਲੈਣ ਗਿਆ ਸੀਗਾ ਕਿਸ ਤਰ੍ਹਾਂ ਉਹਦੀ ਮਤਲਬ ਡੈਥ ਹੋ ਗਈ ਆ ਜੀ ਟੀਸਟੀ ਦੇ ਝੂਟੇ ਲੈ ਰਹੇ ਸੀਗੇ ਉੱਥੇ ਜਦੋਂ ਉਹਨਾਂ ਝੂਟੇ ਲੈਣ ਲੱਗੇ ਜੀ ਇਸਦੀ ਚਲਾਈ ਉਹਦੇ ਵਿੱਚ ਕਰੰਟ ਆ ਗਿਆ ਜੀ ਪੈਪ 'ਚ ਅਤੇ ਉੱਥੇ ਉਹਦੀ ਡੈਥ ਹੋ ਗਈ ਕਿੰਨੇ ਕੁ ਬੰਦਿਆਂ ਨੂੰ ਕਰੰਟ ਲੱਗਿਆ ਸਾਰਿਆਂ ਨੂੰ ਕਰੰਟ ਲੱਗਿਆ ਜਿਹੜੇ ਜਦ ਕਿ ਤਿੰਨ ਚਾਰ ਜਣੇ ਮੌਜੂਦ ਨੇ ਜੀ ਨਾਲ ਹੁਣ ਇਸ ਟਾਈਮ ਤੇ ਜਿਹੜੇ ਡੈਥ ਹੋਈ ਆ ਮੌਕੇ ਤੇ ਹੋ ਗਈ ਸੀਗੀ ਜਾਂ ਹਸਪੀਟਲ ਲੈ ਜਾਂਦੇ ਹੋਏ ਉੱਥੇ ਬੇਹੋਸ਼ ਹੋ ਗਿਆ ਸੀਗਾ ਜੀ ਫਿਰ ਜਦੋਂ ਇਕਾਈ ਹਸਪੀਟਲ 'ਚ ਲੈ ਕੇ ਉਹਨਾਂ ਨੇ ਫਿਰ ਮੈਟਰ ਕਾਲ ਲਾ ਦਿੱਤਾ ਸੀਗੀ ਤੇ ਕੀ ਕੋਈ ਉਲਟੀ ਉਲਟੀ ਵੀ ਵਗੈਰਾ ਆਈ ਸੀਗੀ ਕਹਿੰਦੇ ਉਲਟੀ ਆਈ ਆ ਕੋਈ ਇਸ ਤਰ੍ਹਾਂ ਦਾ ਨਸ਼ਾ ਕੀਤਾ ਸੀ ਡੋਜ਼ ਲਈ ਆ ਵੈਸੇ ਹੀ ਬਲੇਮ ਲਾ ਰਹੇ ਨੇ ਇਦਾਂ ਹੀ ਉਹ ਕਰੀ ਜਾਂਦੇ ਨੇ ਤੇ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਮੇਲਾ ਜਿਹੜਾ ਦੇਰ ਰਾਤ ਤੱਕ ਚੱਲਿਆ ਹੈਗਾ ਜਿਹੜੇ ਪ੍ਰਸ਼ਾਸਨ ਦੀਆਂ ਵੀ ਕਿਤੇ ਧੱਜੀਆਂ ਉਡਾਈਆਂ ਹੈਗੀਆਂ ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ ਦੀਆਂ ਨਗੈਲੀ ਆਈ ਅਸੀਂ ਇਹ ਮੰਗ ਕਰਦੇ ਵੀ ਕਿ ਇਹਦੀ ਐਨਓਸੀਆਂ ਜਾਂ ਚੈੱਕ ਕੀਤੀਆਂ ਜਾਣ ਵੀ ਐਨਓਸੀ ਮਿਲੀਆਂ ਨੇ ਜਾਂ ਪੈਸੇ ਨਜਾਇਜ਼ ਚੱਲ ਰਹੇ ਸੀਗੇ ਕੋਈ ਪਿੱਛੇ ਜਿਹੜੇ ਮੇਲੇ ਚਲਾ ਰਹੇ ਨੇ ਉਹਨਾਂ ਦੇ ਕੁਛ ਵਿਧਾਇਕਾਂ ਦਾ ਵੀ ਹੱਥ ਆ ਕੋਈ ਪਤਾ ਲੱਗਿਆ ਕਿ ਜਾਣਕਾਰੀ ਅੱਜ ਕੱਲ੍ਹ ਤਾਂ ਕੋਈ ਸੁਣਵਾਈ ਨਹੀਂ ਹੋ ਰਹੀ ਕੀ ਕਾਰਨ ਸੁਣਵਾਈ ਹੋ ਰਹੀ ਅਸੀਂ ਸੁਬਹਾ 8 ਵਜੇ ਦੇ ਆਏ ਗਏ ਕਿ ਪਹਿਲਾਂ ਕਹਿੰਦੇ 2 ਘੰਟੇ ਬਾਅਦ ਆ ਗਏ ਤੇ ਹੁਣ ਜਿਹੜੀ ਤੁਹਾਡੇ ਵੱਲੋਂ ਕਾਰਵਾਈ ਨਹੀਂ ਹੋ ਰਹੀ ਇਸ ਟਾਈਮ 'ਤੇ
मामला दर्ज कर रहे ने की कहना चाहते प्रशासन जिदा इदा लापरवाही ने झूले चलते ने कारवाई की जाए जिदा उ जाके देख सकते हो जो तारा ने जोड़ सारे वगैरह लगे पे ने जिहड़े जिहड़े बंदे लड़के दी नौजवान दी डैथ होई आ उहदे कोई निशान वगैरह भी हैगे? हाँ जी हाँ, उहदी बॉडी बिल्कुल नीली होई है। दो भैणां दा कल्ला भरा सीगा जी, अज तो 12 साल पहला उहनां दे डैडी दी डैथ होई सी। हुण मंग करदे तुसीं कारवाई दी? असीं प्रशासन तों इही मंग करदे कि जो कारवाई उह कीती जावे। असीं सवेर दे 8 वजे दे उरे बैठे आ, कोई कारवाई नहीं कर रहे। नौजवान दी झूटे करंट लगन नाल मौत हो गई है, की मामला थोड़ा जिहा दस्सो मोले मेला प्रबंधक नूं। एक्चुअली उन्होंने दारू पीती सी, सारिआं दे टेस्ट कराओ किन्नी किन्नी दारू पीती सी, ठीक है, बाद च उन्होंने धूड़ भन्न भी कीती। ਕਿੰਨੇ ਕੁ ਬੰਦਿਆਂ ਨੇ ਦਾਰੂ ਪੀਤੀ ਸੀ? ਘੱਟੋ ਘੱਟ 10-12 ਜਣੇ ਆ ਜੀ। ਤੇ ਕਿਹੜੇ ਝੂਲੇ 'ਚ ਬੈਠੇ ਸੀਗੇ? ਸਰ ਕਿਸ਼ਤੀ 'ਚ ਬੈਠੇ। ਤੇ ਤੁਹਾਨੂੰ ਪਤਾ ਵੀ ਦਾਰੂ ਪੀਤੀ ਆ, ਅਸੀਂ ਝੂਲੇ 'ਚ ਜਿਹੜੇ ਬੈਠ ਰਹੇ ਨੇ ਦਾਰੂ ਨਸ਼ੇ ਦੇ ਵਿੱਚ ਬੈਠ ਰਹੇ ਨੇ, ਤੁਹਾਡਾ ਕਿਤੇ ਨਾ ਕਿਤੇ ਤੁਹਾਡਾ ਵੀ ਲੱਗ ਰਿਹਾ ਕਿਤੇ ਨੇ ਤੁਸੀਂ ਝੂਲੇ 'ਤੇ ਦਾਰੂ ਪੀਤਿਆਂ ਨੂੰ ਕਿਉਂ ਬਿਠਾਇਆ? ਭਾਜੀ ਅਸੀਂ ਤਾਂ ਰੋਕ ਰਹੇ ਹਾਂ ਪਰ ਹੱਥੋਂ ਪਾਈ 'ਤੇ ਆਉਂਦੇ ਪਏ ਆ, ਉਹ ਦੱਸੋ ਹੁਣ ਕੀ ਕਰ ਸਕਦੇ? ਕਿੰਨੇ ਵਜੇ ਨਾਲ ਹਾਦਸਾ ਹੋਇਆ ਇਹ? ਸਰ ਸਾਡੇ ਹਿਸਾਬ ਨਾਲ 11 ਵਜੇ ਦੇ ਕਰੀਬ ਹੋਇਆ। 11-12 ਵਜੇ ਦੱਸਿਆ ਤੁਹਾਡੇ ਅੰਦਰ ਬੰਦੇ ਨੇ ਕਿ 12 ਵਜੇ ਦੇ ਕਰੀਬ ਹੋਇਆ? ਅਤੇ ਇੱਥੇ ਮੌਕੇ 'ਤੇ ਪੁਲਿਸ ਸੀਗੀ, ਮੌਕੇ ਪੁਲਿਸ ਪ੍ਰਸ਼ਾਸਨ ਬੈਠਾ, ਕੀ ਮੇਲਾ 10 ਵਜੇ ਤੱਕ ਦਾ ਬੰਦ ਕਿਹਾ ਗਿਆ ਸੀਗਾ, ਤੁਸੀਂ 12 ਵਜੇ ਤੱਕ ਮੇਲਾ ਚਲਾ ਰਹੇ ਹੋ, 1-2 ਵਜੇ ਤੱਕ ਚਲਾ ਰਹੇ ਹੋ, ਕਿਤੇ ਨਾ ਕਿਤੇ ਧੱਜੀਆਂ ਉਡਾ ਰਹੇ ਹਾਂ ਤੁਸੀਂ ਕਾਨੂੰਨ ਦੀਆਂ? ਇਹ ਮੇਲਾ ਕਿਹਨਾਂ ਦਾ ਜਿਹੜਾ ਲੱਗਿਆ ਹੋਇਆ, ਜਿਹੜਾ ਮੇਲਾ ਵਰਧਮਾਨ ਦੇ ਸਾਹਮਣੇ ਆ, ਕਿਹਨਾਂ ਦਾ ਲੱਗਿਆ ਮੇਲਾ, ਕਿਹਨਾਂ ਵੱਲੋਂ ਲਗਵਾਇਆ ਗਿਆ? ਕੀ ਨਾਮ ਆ ਉਹਨਾਂ ਦਾ, ਠੇਕੇਦਾਰ ਦਾ ਕੀ ਨਾਮ ਆ? ਠੇਕੇਦਾਰ ਸੇਠੀ ਸਾਹਿਬ। ਸੇਠੀ ਸਾਹਿਬ ਕਿਹੜੇ? ਅਤੇ ਇਹਨਾਂ ਦੇ ਪਿੱਛੇ ਕੁਲਵੰਤ ਸਿੱਧੂ ਦਾ ਵੀ ਹੱਥ ਹੈਗਾ, ਉਹਨਾਂ ਨੇ ਕਹਿੰਦੇ ਉਹਨਾਂ ਕੁਲਵੰਤ ਸਿੱਧੂ ਨੇ ਦਵਾਇਆ ਸੀਗਾ ਠੇਕਾ ਸਾਰਾ ਇਹ? ਨਹੀਂ ਸਰ, ਇੱਦਾਂ ਦਾ ਕੁਛ ਨਹੀਂ। ਅਤੇ ਜਿਹੜੀ ਡੈਥ ਹੋਈ ਆ ਉਹਦੀ, ਉਹ ਕਿੱਦਾਂ ਹੋਈ ਆ ਉਹਦੀ? ਸਰ ਉਹ ਝੂਲੇ ਦੇ ਵਿੱਚ, ਉਹ ਕਹਿੰਦੇ ਉਹਦੇ ਨਾਲ ਦੱਸਦੇ ਵੀ ਨੀਚੇ ਉਤਰ ਕੇ ਕਰੰਟ ਲੱਗਿਆ, ਕਰੰਟ ਲੱਗਣ ਹੋ ਗਿਆ ਸਰ, ਕਰੰਟ ਲੱਗਦਾ ਅਤੇ ਬਾਕੀ ਸਾਰੇ ਨਹੀਂ ਸਰ, ਉਹ ਥੱਲੇ ਉਤਰ ਗਿਆ ਸੀ, ਤਾਰ 'ਤੇ ਪੈਰ ਰੱਖਿਆ ਗਿਆ ਕਹਿੰਦੇ। ਸਰ ਉੱਥੇ ਦੇਖ ਲਓ ਕੋਈ ਤਾਰ ਨਹੀਂ ਹੈਗੀ, ਕਿਉਂਕਿ ਉਹ ਕਿਸ਼ਤੀ ਦੇ ਵਿੱਚ ਤਾਂ ਹੋਇਆ ਨਹੀਂ, ਕਹਿੰਦੇ ਉੱਤਰ ਗਏ ਸੀ, ਉਸ ਤੋਂ ਬਾਅਦ ਡੈਥ ਹੋਈ। ਸਰ ਜੇ ਹੁੰਦਾ ਤਾਂ ਬਾਕੀ ਸਾਰਿਆਂ ਨੂੰ ਵੀ ਲੱਗਦਾ ਨਾ, ਪਰ ਹੰਗਾਮਾ ਕਰਨ ਦਾ ਕਾਰਨ ਕੀ ਰਿਹਾ ਜੇ ਉਹਦਾ ਹੀ ਇੱਦਾਂ? ਭਾਅ ਜੀ ਉਹ ਕਹਿੰਦੇ ਡਿੱਗ ਗਿਆ ਸਾਡਾ ਬੰਦਾ ਜੀ, ਅਸੀਂ ਕੀ ਕਰੀਏ, ਅਸੀਂ ਹੁਣ ਖੋਲਿਆ, ਕਹਿੰਦੇ ਖੋਲੋ ਦਰਵਾਜ਼ੇ। ਕਿ ਉਹ ਹਸਪਤਾਲ ਕਿਹਨੇ ਪਹੁੰਚਾਇਆ ਉਹਨੂੰ ਜੀ? ਸਰ ਅਸੀਂ ਪ੍ਰਸ਼ਾਸਨ ਨਹੀਂ ਪਹੁੰਚਾਇਆ ਜੀ, ਅਸੀਂ ਪਹੁੰਚਾਇਆ ਤੇ ਪੁਲਿਸ ਮਹਿਕਮਾ ਸੀਗਾ ਸਾਰਾ। ਉਹਦੇ ਘਰ ਦੇ ਕੋਈ ਆ ਗਏ ਕਿ ਨਹੀਂ ਆਏ ਅੱਜ ਤੱਕ? ਤੇ ਇਹ ਜਿਹੜਾ ਮੇਲੇ ਦੇ ਵਿੱਚ ਤੁਸੀਂ ਐਜ਼ ਇੱਥੇ ਕੀ ਕਰ ਰਹੇ ਹੋ ਮੇਲੇ ਦੇ ਵਿੱਚ? ਸਰ ਅਸੀਂ ਤਾਂ ਦੇਖਭਾਲ ਕਰ ਰਹੇ। ਤੁਹਾਡਾ ਕੀ ਨਾਮ? ਤੁਹਾਡਾ? ਮੇਰਾ ਨਾਮ खुदा दे कर देर है पर हनेर नहीं, मुसलमानी रूहानी अते काले इलम दे माहिर मियां फरीद अली। संपर्क करो 98-569-31-603। 100% गारंटी नाल हर परेशानी दा हल पाओ। पति पत्नी विच झगड़ा, सौतन दुश्मन तो छुटकारा, खुया प्यार वापस पौना, तलाक केस, विदेश विच पक्का होना, गुप्त वशीकरण करवाओ, मन चाह प्रेमी प्रेमिका अपने वस विच करो, लाटरी नंबर पाओ 649 होवे चा लोटो मैक्स, प्यार विच धोखा खा चुके प्रेमी प्रेमिका एक बार जरूर संपर्क करो।